ਬੰਸਤ ਨਿਆਣੇ ਹੁੰਦੇ ਨਾ, ਇੱਕ ਅੱਧਾ ਕਮਲਾ ਵੀ ਨਿਕਲ ਜਾਂਦਾ ਤੇ ਕੋਈ ਗੱਲ ਨਹੀਂ ਸੀ, ਇੱਕ ਅੱਧਾ ਮਰ ਵੀ ਜਾਂਦਾ ਤੇ ਕੋਈ ਗੱਲ ਨਹੀਂ ਸੀ, ਦੋ ਚਾਰ ਤੇ ਰਹਿ ਜਾਂਦੇ ਘਰ 'ਚ, ਹੁਣ ਇੱਕੋ ਹੀ ਇੱਕ ਹੈਗਾ। ਹੁਣ ਸਿਆਣੇ ਕਹਿੰਦੇ ਸੀ ਇੱਕ ਪੁੱਤ ਪਿਓ ਹੁੰਦਾ, ਸਾਰੇ ਪਿਓ ਪਾਲਣ ਲੱਗੇ। ਆਖੋ ਸਤਨਾਮ ਵਾਹਿਗੁਰੂ। ਮਾਈਆਂ ਬੈਠੀਆਂ ਨੇ ਬੜੀਆਂ ਸਿਆਣੀਆਂ, ਇਹਨਾਂ ਨੇ ਵੀ ਬਹੁਤ ਕੁਝ ਸਵਾਰਿਆ ਸਾਡਾ ਸਮਾਜ ਦਾ, ਸਾਡੀ ਸਲਾਹ ਨਾਲ ਕੀਤਾ, ਉਦਾਂ ਤਾਂ ਨਹੀਂ ਇਹ ਵਿਚਾਰੀਆਂ ਕਰ ਸਕਦੀਆਂ। ਇਹਨਾਂ ਨੇ ਪੇਟ ਵਿੱਚ ਹੀ ਸ਼ਮਸ਼ਾਨ ਘਾਟ ਬਣਾ ਦਿੱਤਾ ਤੇ ਧੀਆਂ ਮਾਰ ਦਿੱਤੀਆਂ। ਆਖੋ ਸਤਨਾਮ ਵਾਹਿਗੁਰੂ। ਇਹ ਮੁਕਤੀ ਲੱਭਦੀਆਂ ਫਿਰਦੀਆਂ ਗੁਰੂ ਤੋਂ, ਇਹਨਾਂ ਨੂੰ ਪੁੱਛੋ ਤੇ ਸਹੀ, ਜ਼ਰਾ ਆਤਮਾ ਨੂੰ ਪੁੱਛ ਕੇ ਆਉਣਾ। ਗੁਰੂ ਦੀ ਹਜ਼ੂਰੀ ਚ ਬੇਨਤੀ ਕਰਦਾ, ਤੁਹਾਡਾ ਬੱਚਾ ਹਾਂ, ਜੇ ਧੀ ਨਾ ਆਈ ਭੈਣ ਤੇ ਭੂਆ ਦਾ ਰਿਸ਼ਤਾ ਸਦਾ ਲਈ ਚਲਾ ਗਿਆ। ਓਏ ਗੁਰਮੁਖੋ, ਅਸੀਂ ਛੋਟੇ ਹੁੰਦੇ ਸੀ ਕਹਿਣਾ ਭੂਆ ਜੀ ਦੇ ਜਾਣਾ, ਮਾਸੀ ਦੇ ਜਾਣਾ, ਉਦੋਂ ਵੀ ਪਲਦੀਆਂ ਸੀ ਧੀਆਂ। ਹੁਣ ਜੇ ਲੜਕੀ ਨਾ ਰਹੀ ਤੇ ਭੂਆ ਦਾ ਰਿਸ਼ਤਾ ਵੀ ਚਲ ਗਿਆ ਤੇ ਭੈਣ ਦਾ ਰਿਸ਼ਤਾ ਵੀ ਚਲਾ ਗਿਆ। ਜੇ ਵੱਡਾ ਭਰਾ ਨਾ ਹੋਇਆ ਤੇ ਤਾਏ ਦਾ ਰਿਸ਼ਤਾ ਚਲਾ ਜਾਣਾ, ਛੋਟਾ ਨਾ ਰਿਹਾ ਤੇ ਚਾਚੇ ਦਾ ਵੀ ਚਲਾ ਗਿਆ। ਇਹ ਮੂਰਖ ਕਿਤੇ ਬਿਮਾਰ ਹੋ ਗਿਆ ਨੇ, ਇਹਨੂੰ ਕਿਸੇ ਨੇ ਪਾਣੀ ਨਹੀਂ ਦੇਣ ਜਾਣਾ ਕਿਉਂਕਿ ਇਹਦਾ ਹੈ ਹੀ ਕੋਈ ਨਹੀਂ। ਆਖੋ ਸਤਨਾਮ ਵਾਹਿਗੁਰੂ। ਇਹਨੂੰ ਕਿਸੇ ਨੇ ਪਾਣੀ ਨਹੀਂ ਦੇਣ ਜਾਣਾ ਕਿਉਂਕਿ ਹੈ ਹੀ ਇਹਦਾ ਕੋਈ ਨਾ, ਛੋਟਾ ਹੈ ਨਾ ਵੱਡਾ ਹੈ ਨਾ ਭਤੀਜੇ ਹੈ ਨਾ। ਦੱਸੋਗੇ ਤੁਸੀਂ ਕਿਹੜੀ ਦੁਨੀਆਂ ਨੂੰ ਪੰਜਾਬ 'ਚ ਸਵਰਗ ਨੂੰ ਲਿਜਾਉਣ ਲੱਗੇ ਹੋ? ਆ ਛੋਟੇ ਹੁੰਦੇ ਸੀ ਉਹ ਪੜ੍ਹੀਦਾ ਸੀ, ਕਹਿੰਦੇ ਦੋ ਜਾਂ ਤਿੰਨ ਬੱਚੇ ਹੋਤੇ ਹੈ ਘਰ ਮੇਂ ਅੱਛੇ, ਕੰਧਾਂ ਭਰ ਦਿੱਤੀਆਂ ਪੰਜਾਬ ਨੇ। ਫਿਰ ਕਹਿਣ ਲੱਗ ਪਏ ਹਮ ਦੋ ਹਮਾਰੇ ਦੋ, ਹੁਣ ਕਹਿਣ ਲੱਗ ਪਏ ਏਕ ਹੀ ਕਾਫੀ ਔਰ ਸੇ ਮਾਫੀ। ਆਖੋ ਸਤਨਾਮ ਵਾਹਿਗੁਰੂ। ਹੁਣ ਉਹ ਜਿਹੜਾ ਇੱਕੋ ਹੀ ਆ 16 ਕਲਾ ਸੰਪੂਰਨ ਸਾਰੇ ਨਸ਼ੇ ਕਰਦਾ, ਉਹਨੂੰ ਪੂਜਦੇ ਆ 12 ਵਜੇ ਫੁਲਕਾ ਛਕਦਾ। ਆਖੋ ਸਤਨਾਮ ਵਾਹਿਗੁਰੂ। ਦੱਸੋਗੇ ਅੱਜ ਜਿਸ ਦਿਨ ਭਈਏ ਆਉਣੋਂ ਹਟ ਗਏ ਨਾ ਬਿਹਾਰ ਚੋਂ, ਆ ਤੁਹਾਡੀਆਂ ਕਣਕਾਂ ਕੁਣਕਾਂ ਝੋਨਾ ਝਾਨਾ ਪਿਆ ਰਹਿ ਜਾਣਾ ਕਿਉਂਕਿ ਤੁਹਾਡੇ ਘਰ ਹੀ ਕੋਈ ਨਹੀਂ ਵੱਢਣ ਵਾਲਾ, ਤੁਹਾਡੇ ਘਰ ਕੋਈ ਨਹੀਂ ਬਚਿਆ। ਇਹਨੂੰ ਚੱਟਿਓ ਫਿਰ, ਜ਼ਮੀਨਾਂ ਨੂੰ ਚੱਟਿਓ ਤੁਸੀਂ, ਕੋਈ ਕੰਮ ਕਰਨ ਵਾਲਾ ਹੀ ਨਾ ਹੋਇਆ ਤਾਂ ਕਿਹੜੀ ਦੁਨੀਆਂ ਵਸਾ ਬੈਠੇ ਤੁਸੀਂ? ਆ ਦੇਖ ਕਲਗੀਆਂ ਵਾਲੇ ਵੱਲ ਤੁਸੀਂ ਰੋਜ਼ ਹੀ ਰੌਲਾ ਪਾਉਂਦੇ ਹੋ ਵੀ ਚਾਰ ਸੀ ਚਾਰੇ ਹੀ ਵਾਰ ਦਿੱਤੇ, ਹੁਣ ਤੇਰਾ ਇੱਕੋ ਹੀ ਆ, ਦੱਸ ਇਹਦਾ ਕੀ ਕਰਨਾ ਹੁਣ? ਆਖੋ ਸਤਨਾਮ ਵਾਹਿਗੁਰੂ। ਆਹੋ ਹੋ ਹੋ